ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ। ਸੋ ਪੀ ਐੱਸ ਟੈਟ ਇਗਜ਼ਾਮ ਦੇ ਨਾਲ ਬਹੁਤ ਹੀ ਜਿਹੜੀ ਅਹਿਮ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੀ, ਕਿਉਂਕਿ ਕਾਫੀ ਵਿਦਿਆਰਥੀ ਕਈ ਦਿਨਾਂ ਤੋਂ ਵੇਟ ਕਰ ਰਹੇ ਨੇ ਕਿ ਸਾਡਾ 26 ਮਈ ਨੂੰ ਪੇਪਰ ਹੋਣਾ ਸੀ, ਹਾਲੇ ਤੱਕ ਇਸ ਦੇ ਵਿੱਚ ਕੋਈ ਵੀ ਅਪਡੇਟ ਨਹੀਂ ਆਈ। ਸੋ ਇਸ ਦੇ ਵਿੱਚ ਇੱਕ ਨਵੀਂ ਅਪਡੇਟ ਆਈ ਹੈ, ਸੋ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕੁਐਸਟ ਹੈ, ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ, ਪੀ ਐੱਸ ਟੈਟ ਯੂਨੀਅਨ ਪੰਜਾਬ ਵੱਲੋਂ ਪੀ ਐੱਸ ਟੈਟ ਨੂੰ ਲੈ ਕੇ ਇੱਕ ਮੀਟਿੰਗ ਦੇ ਏਜੰਡੇ ਰੱਖੇ ਗਏ ਹੈ, ਜਿਸ ਵਿੱਚ ਉਹਨਾਂ ਨੇ ਸਿੱਖਿਆ ਮੰਤਰੀ ਪੰਜਾਬ ਵੱਲ ਕਾਫੀ ਜਿਹੜੀਆਂ ਗੱਲਾਂ ਸਾਂਝੀਆਂ ਕਰਨ ਦੀ ਮੰਗ ਕੀਤੀ ਹੈ, ਜਿਸ ਦੇ ਵਿੱਚ ਪੀ ਐੱਸ ਟੈਟ ਦਾ ਨੋਟੀਫਿਕੇਸ਼ਨ ਦੀ ਗੱਲ ਹੋਈ ਹੈ ਕਿ ਜਲਦੀ ਹੀ ਇਸ ਨੂੰ ਜਾਰੀ ਕੀਤਾ ਜਾਵੇ। ਅਤੇ ਪੀ ਐੱਸ ਟੈਟ ਦਾ ਜਿਹੜੀਆਂ ਪੋਸਟਾਂ ਨੇ, ਇਹ ਵੀ ਕਿਹਾ ਗਿਆ ਕਿ ਜੋ ਮਾਸਟਰ ਕੇਡਰ ਦੀਆਂ ਪੋਸਟਾਂ ਆਉਣਗੀਆਂ ਉਸ ਤੋਂ ਪਹਿਲਾਂ ਪੀ ਐੱਸ ਟੈਟ ਲਿਆ ਜਾਵੇ 2024 ਵਾਲਾ। ਅਤੇ ਪੀ ਐੱਸ ਟੈਟ ਦਾ ਪੇਪਰ ਦਿੱਤੇ ਗਏ ਸਿਲੇਬਸ ਦੇ ਅਨੁਸਾਰ ਹੀ ਹੋਣਾ ਚਾਹੀਦਾ, ਕਿਉਂਕਿ ਸਾਰੇ ਵਿਦਿਆਰਥੀ ਤਿਆਰੀ ਕਰ ਚੁੱਕੇ ਆ ਕਿ ਇਹ ਨਾ ਹੋਵੇ ਕਿ ਸਿਲੇਬਸ ਬਦਲ ਦਿੱਤਾ ਜਾਵੇ। ਅਤੇ ਬਾਕੀ ਪੋਸਟਾਂ ਦੀ ਤਰ੍ਹਾਂ ਪੀ ਐੱਸ ਟੈਟ ਦਾ ਵੀ ਇੱਕ ਕੈਲੰਡਰ ਜਾਰੀ ਕੀਤਾ ਜਾਵੇ ਕਿ ਬਹੁਤ ਕੈਂਡੀਡੇਟਸ ਨੂੰ ਇਹਦੇ ਵਿੱਚ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਕਿ ਨਾ ਤਾਂ ਉਸ ਦੇ ਅਕੋਰਡਿੰਗ ਪੇਪਰ ਹੁੰਦਾ, ਤਾਂ ਜਿਵੇਂ ਬਾਕੀ ਜਿਵੇਂ ਦਿੱਲੀ ਦੇ ਪੇਪਰ ਹੋ ਰਹੇ ਆ, ਚੰਡੀਗੜ੍ਹ ਦੇ ਹੋ ਰਹੇ ਆ, ਤਾਂ ਉਹਦੇ ਵਿੱਚ ਹਮੇਸ਼ਾ ਡੇਟ ਵੀ ਮੈਨਸ਼ਨ ਹੁੰਦੀ ਹੈ, ਪੇਪਰ ਦਾ ਸਿਲੇਬਸ ਵੀ ਹੁੰਦਾ, ਅਤੇ ਕਦੇ ਨਹੀਂ ਹੋਇਆ ਕਿ ਉਹਦੇ ਵਿੱਚ ਕਦੇ ਕਦੇ ਕੋਈ ਪ੍ਰੋਬਲਮ ਆਈ ਹੋਵੇ, ਤਾਂ ਉਹ ਉਸੇ ਡੇਟ ਦੇ ਵਿੱਚ ਹੀ ਪੇਪਰ ਹੁੰਦੇ ਆ। ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੈਲੰਡਰ ਜਾਰੀ ਹੋਣਾ ਚਾਹੀਦਾ ਪੀ ਐੱਸ ਟੈਟ ਦੇ ਪੇਪਰਾਂ ਨੂੰ ਲੈ ਕੇ ਜਾਂ ਕੋਈ ਵੀ ਹੋਰ ਪੋਸਟਾਂ ਨੂੰ ਲੈ ਕੇ। ਪੀ ਐੱਸ ਟੈਟ ਦਾ ਪੇਪਰ ਜਾਰੀ ਕੀਤੇ ਗਏ ਸਿਲੇਬਸ ਅਨੁਸਾਰ ਹੀ ਲਿਆ ਜਾਣਾ ਚਾਹੀਦਾ ਹੈਗਾ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਵਿਦਿਆਰਥੀ ਪਹਿਲਾਂ ਹੀ ਤਿਆਰੀ ਕਰ ਲੈਂਦੇ ਨੇ ਕਿ ਪੁਰਾਣੇ ਸਿਲੇਬਸ ਦੇ ਹਿਸਾਬ ਨਾਲ ਕਰ ਲੈਂਦੇ ਨੇ, ਤਾਂ ਇਹ ਵੀ ਇੱਕ ਜਿਹੜਾ ਸਿਲੇਬਸ ਹੈ ਇਸ ਤਰੀਕੇ ਦਾ ਮੇਨਟੇਨ ਹੋਵੇ ਕਿ 2024 ਦਾ ਸਿਲੇਬਸ ਕੀ ਹੋਊਗਾ, 2025 ਦਾ ਕੀ ਹੋਊਗਾ, ਤਾਂ ਇਹ ਜਿਹੜੇ ਯੂਨੀਅਨ ਪੀ ਐੱਸ ਟੈਟ ਵੱਲੋਂ ਮੰਗੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਿ ਉਹਨਾਂ ਦਾ ਪੀ ਐੱਸ ਟੈਟ ਦਾ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਅਤੇ ਨਹੀਂ ਉਹ ਸੰਘਰਸ਼ ਕਰਨਗੇ ਇਸ ਚੀਜ਼ ਦੇ ਵਿੱਚ। ਅਤੇ ਆਉਂਦੀਆਂ ਪੋਸਟਾਂ ਵੀ ਕੱਢਣ ਤੋਂ ਪਹਿਲਾਂ ਪੀ ਐੱਸ ਟੈਟ ਦਾ ਰਿਜ਼ਲਟ ਅਤੇ ਪੀ ਐੱਸ ਟੈਟ ਦਾ ਪੇਪਰ ਹੋਣਾ ਚਾਹੀਦਾ, ਅਤੇ ਸਿਲੇਬਸ ਦੇ ਵਿੱਚ ਕੋਈ ਬਦਲਾਵ ਨਾ ਹੋਵੇ। ਸੋ ਇਹ ਕਾਫੀ ਜਿਹੜੇ ਅਹਿਮ ਮੁੱਦੇ ਨੇ, ਅਤੇ ਇਹ ਸਾਰੇ ਵਿਚਾਰਨ ਵਾਲੇ ਨੇ, ਕਿਉਂਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ, ਕਿਉਂਕਿ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਹੁੰਦਾ। ਤਾਂ ਦੇਖਦੇ ਹਾਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਅਗਲਾ ਮੀਟਿੰਗ ਦਾ ਜਿਹੜਾ ਸਮਾਂ ਹੈ ਜਾਂ ਇਸ ਦਾ ਕੀ ਨਿਚੋੜ ਨਿਕਲਦਾ, ਕਿਉਂਕਿ ਯੂਨੀਅਨ ਵੱਲੋਂ ਆਲਰੇਡੀ ਇਹ ਏਜੰਡੇ ਜਿਹੜੇ ਮੀਟਿੰਗ ਦੇ ਲਈ ਰੱਖੇ ਗਏ ਨੇ। ਸੋ ਵੇਖਦੇ ਹਾਂ, ਪੀ ਐੱਸ ਟੈਟ ਦਾ ਆਪਣੇ ਨੈਕਸਟ ਮੰਥ ਹੁੰਦਾ ਜਾਂ ਉਸ ਤੋਂ ਨੈਕਸਟ ਮੰਥ ਹੁੰਦਾ, ਤਾਂ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਤੁਹਾਨੂੰ ਜਾਰੀ ਕਰ ਦਿਆਂਗੇ, ਕਿਉਂਕਿ ਹਾਲੇ ਤੱਕ ਸਿਰਫ ਯੂਨੀਅਨ ਵੱਲੋਂ ਜੋ ਇਸ ਦੀ ਮੀਟਿੰਗ ਦੇ ਰਿਗਾਰਡਿੰਗ ਅਤੇ ਜੋ ਉਹਨਾਂ ਨੇ ਮੇਨ ਇਹਦੇ ਵਿੱਚ ਪੁਆਇੰਟ ਰੱਖੇ ਨੇ ਪੀ ਐੱਸ ਟੈਟ ਦੇ ਪੇਪਰ ਨੂੰ ਲੈ ਕੇ, ਉਹ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹਾਂ। ਸੋ ਜੁੜੇ ਰਹੋ ਇਸ ਚੈਨਲ ਦੇ ਨਾਲ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਆਪਣੇ ਸਿਖਿਆਰਥੀਆਂ ਨਾਲ ਪੀ ਐੱਸ ਟੈਟ ਦੀ ਤਿਆਰੀ ਕਰ ਰਹੇ ਅਤੇ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ